ਤੋਂ ਜ਼ਿਆਦਾ ਅਸੀਂ ਇੱਧਰ ਸਾਰਾ ਏਰੀਆ ਪਾਰ ਕਰਕੇ ਰਾਵਲ ਪਿੰਡ ਜਾ ਕੇ ਉੱਥੋਂ ਬਾਈ 6-7 ਜਣੇ ਸੀਗੇ ਮੋਟਰਸਾਈਕਲ 'ਤੇ ਸਾਡੀ ਗੱਡੀ ਘੇਰ ਲਈ ਇਹਨਾਂ ਠੀਕ ਹੈ ਗੱਡੀਆਂ ਘੇਰੀਆਂ ਆਹ ਦੇਖੋ ਆਹ ਸ਼ੀਸ਼ਾ ਦੇਖਦਾ ਆਹ ਸ਼ੀਸ਼ਾ ਤੋੜਤਾ ਠੀਕ ਆ ਲੁੱਟਣ ਵਾਲੇ ਸੀਗੇ ਬੰਦੇ ਉਹ ਅਤੇ ਆਹ ਦੇਖੋ ਇੱਕ ਇੱਟ ਇੱਧਰ ਮਾਰੀ ਇਹ ਆਹ ਹੈੱਡਲਾਈਟ ਤੋੜਤੀ ਗੱਡੀ ਦੀ ਆਹ ਹੈੱਡਲਾਈਟ ਤੋੜਤੀ ਠੀਕ ਆ ਅਤੇ ਅੰਦਰ ਦਿਖਾਉਂਦਾ ਮੈਂ ਤੁਹਾਨੂੰ ਇੱਟਾਂ ਇੱਟਾਂ ਹਲੇ ਵੀ ਅੰਦਰ ਪਈਆਂ ਕਹਿਣੇ ਨੂੰ ਤਾਂ ਸੀਐਮ ਸਿਟੀ ਹੈ ਇਹ ਆਹ ਦੇਖੋ ਆਹ ਇੱਟਾਂ ਇਹ ਆਹ ਇੱਟਾਂ ਦੇਖ ਲਓ ਠੀਕ ਆ ਇੱਕ ਉਹ ਪਈ ਆ ਇੱਟਾਂ ਅੰਦਰੋਂ ਹਾਲ ਦੇਖ ਲਓ ਗੱਡੀ ਦਾ ਅਤੇ ਹੁਣ ਮੈਂ ਦਿਖਾਉਂਦਾ ਤੁਹਾਨੂੰ ਆਪਣੇ ਵਾਲਾ ਘੋੜਾ ਠੀਕ ਆ ਅਤੇ ਆਪਣੇ ਵਾਲੇ ਘੋੜੇ ਦੇ ਆਹ ਵੱਜੀ ਆ ਇੱਕ ਇੱਟ ਇੱਕ ਇੱਟ ਆਹ ਵੱਜੀ ਆ ਠੀਕ ਆ ਅਤੇ ਇੱਕ ਇੱਟ ਉਰੇ ਪਤਾ ਨਹੀਂ ਡੰਡਾ ਮਾਰਿਆ ਉਹਨਾਂ ਨੇ ਪਤਾ ਨਹੀਂ ਕੀ ਕਰਿਆ ਮੈਂ ਤਾਂ ਘੋੜਾ ਘੁਮਾਤਾ ਸੀਗਾ ਉੱਧਰ ਨੂੰ ਮੈਂ ਕਿਹਾ ਵੀ ਜਾਂ ਤਾਂ ਇਹ ਸਾਨੂੰ ਮਾਰ ਦੇਣਗੇ ਜਾਂ ਅਸੀਂ ਇਹਨਾਂ ਨੂੰ ਮਾਰ ਦਈਏ ਆ ਦੇ ਇਹਦੇ ਪ੍ਰਿੰਸ ਦੇ ਵੱਜਿਆ ਬੇਸਬਾਲ ਇੱਕ ਇੱਥੇ ਵੱਜਿਆ ਇਹਦੇ ਔਰ ਇੱਕ ਵੱਜਿਆ ਇੱਥੇ ਆ ਠੀਕ ਆ ਅਤੇ ਇੱਧਰ ਸਿੰਮੀ ਨਹੀਂ ਇਹਦੇ ਕੱਚ ਕੁੱਚ ਵੜ ਗਿਆ ਅਤੇ ਆ ਸਾਰੀ ਬਾਂਹ ਦੇ ਕੱਚ ਵੜ ਗਿਆ ਬਾਈ ਕਹਿਣੇ ਨੂੰ ਤਾਂ ਆਹ ਸੀਐਮ ਸਿਟੀ ਆ ਪਰ ਇੱਥੇ ਹਾਲ ਇਹਨਾਂ ਦਾ ਨਾ ਚੋਰਾਂ ਨਾਲੋਂ ਵੀ ਵੱਧ ਭੈੜਾ ਆ ਦੇਖੋ ਹਲੇ ਇਹਨਾਂ ਦਾ ਟਾਈਮ ਵੀ ਨਹੀਂ ਸੀਗਾ 12 ਵਜੇ ਦਾ ਟਾਈਮ ਸੀਗਾ ਪਰ 11 ਵਜੇ ਆਪਾਂ ਨੋਰਮਲ ਘਰਾਂ 'ਚ ਜਾਗਦੇ ਹੁੰਦੇ ਹਾਂ ਠੀਕ ਆ ਨਾ ਬਾਕੀ ਤੁਹਾਡੇ ਸਾਹਮਣੇ ਆ ਹਰੇਕ ਬੰਦਾ ਅੱਜ ਦੀ ਡੇਟ 'ਚ ਗੱਡੀ ਵਾਲੇ ਨੂੰ ਲੁੱਟਦਾ ਠੀਕ ਆ ਦਿਨ 'ਚ ਪੁਲਿਸ ਵਾਲੇ ਨਹੀਂ ਚੱਲਣ ਦਿੰਦੇ ਰਾਤ ਨੂੰ ਆ ਚੋਰ ਚੱਕੇ ਨਹੀਂ ਚੱਲਣ ਦਿੰਦੇ ਬੰਦਾ ਚੱਲੇ ਕਿਹੜੇ ਟਾਈਮ ਬਾਈ ਹੋਰ ਚਾਹੇ ਸਾਡੀ ਵੀਡੀਓ ਸ਼ੇਅਰ ਕਰਿਓ ਨਾ ਕਰਿਓ ਕੋਈ ਚੱਕਰ ਨਹੀਂ ਸਾਨੂੰ ਠੀਕ ਆ ਪਰ ਆਹ ਵੀਡੀਓ ਸਾਡੀ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚ ਸਕੇ ਠੀਕ ਆ ਪੁਲਿਸ ਵਾਲੇ ਵੀ ਮਿਲੇ ਸੀਗੇ ਰਾਹ 'ਚ ਠੀਕ ਆ ਉੱਥੇ ਖੜ੍ਹੇ ਸੀਗੇ ਉਹਨਾਂ ਨੇ ਕਿਹਾ ਮੈਂ ਕਿਹਾ ਬਾਈ ਜਾਇਓ ਮਾੜਾ ਜਿਹਾ ਯਾਰ ਗੱਡੀਆਂ ਲੁੱਟਦੇ ਆ ਉੱਥੇ ਹਾਂ ਹਾਂ ਜਾਂਦੇ ਹਾਂ ਅਸੀਂ ਜਾਂਦੇ ਹਾਂ ਚਲੋ ਜੀ ਛੁੱਟੀ ਠੀਕ ਆ ਬਾਈ ਯਾਰ ਕਰੋ ਯਾਰ ਇਹਨੂੰ ਸ਼ੇਅਰ ਬਹੁਤ ਧੱਕਾ ਹੋ ਰਿਹਾ ਯਾਰ ਬਾਈ ਇੰਨਾ ਉਹ ਦੁਖੀ ਹੋਇਆ ਵਾ ਨਾ ਮਨ ਸਾਡਾ ਕਸੂਰ ਵੀ ਨਹੀਂ ਕੋਈ ਯਾਰ ਹੋਵੇ ਨਾ ਬੰਦੇ ਨੇ ਸਾਈਡ ਦੱਬੀ ਜਾਂ ਕੁਛ ਕਰਿਆ ਕੋਈ ਕਸੂਰ ਨਹੀਂ ਬਸ ਉੱਦਾਂ ਹੀ ਰੋਕ ਕੇ ਉਹ ਪਹਿਲਾਂ ਉਹਨਾਂ ਨੇ ਗੱਡੀ ਰੋਕੀ ਐਚ ਪੀ ਨੰਬਰ ਸੀਗੇ ਨਾ ਆਪਣੇ ਸਰ ਐਚ ਪੀ ਨੰਬਰ ਗੱਡੀ ਰੋਕੀ ਬਾਈ ਉਹਨਾਂ ਨੇ ਐਚ ਪੀ ਨੰਬਰ ਗੱਡੀ ਰੋਕੀ ਉਹਨਾਂ ਕੋਲ ਕਿਰਪਾਨ ਸੀਗੀ ਉਹਨਾਂ ਨੇ ਕਿਰਪਾਨ ਚਲਾਈ ਉਹਨਾਂ ਦਾ ਹੱਥ ਵੜਿਆ ਵਾ ਸੀਗਾ ਇੰਨੇ ਨੂੰ ਆ ਕੇ ਉਹਨਾਂ ਨੇ ਸਾਨੂੰ ਘੇਰ ਲਿਆ ਹੁਣ ਯਾਰ ਤੁਹਾਨੂੰ ਪਤਾ ਸਿੰਗਲ ਰੋਡ ਆ ਠੀਕ ਆ ਗੱਡੀ ਨਹੀਂ ਭੱਜਦੀ ਅਸੀਂ ਗੱਡੀਆਂ ਭਜਾਈਆਂ ਉੱਥੋਂ ਠੀਕ ਆ ਪਰ ਸਿੰਗਲ ਰੋਡ 'ਤੇ ਕਿੰਨੀ ਕੁ ਗੱਡੀ ਭੱਜਦੀ ਆ ਯਾਰ ਤੁਸੀਂ ਆਪ ਸਿਆਣੇ ਆ ਕੇ ਘੇਰ ਲਿਆ ਇਹਦੇ ਪ੍ਰਿੰਸ ਦੇ ਮਾਰੀਆਂ ਸਭ ਤੋਂ ਅੱਗੇ ਗੱਡੀ ਪ੍ਰਿੰਸ ਦੀ ਖੜੀ ਸੀਗੀ ਵਾ ਫਿਰ ਗੱਡੀਆਂ ਇਹਨੇ ਵੀ ਗੱਡੀ ਤੋਰ ਲਈ ਅਸੀਂ ਵੀ ਇਹਦੇ ਪਿੱਛੇ ਪਿੱਛੇ ਗੱਡੀਆਂ ਤੋਰ ਲਈਆਂ ਵਾ ਫਿਰ ਤਾਂ ਅੱਗੇ ਉਹ ਫਿਰ ਸਭ ਤੋਂ ਅੱਗੇ ਸੀਗੇ ਮਤਲਬ ਉਹ ਅੱਗੇ ਭੱਜ ਗਏ ਮੋਟਰਸਾਈਕਲ ਲੈ ਗਏ ਫਿਰ ਪਿੰਡ 'ਚ ਖੜ੍ਹ ਗਏ ਉਹ ਪਿੰਡ 'ਚ ਇੰਟਾਂ ਰੋੜੇ ਲੈ ਕੇ ਖੜ੍ਹ ਗਏ ਅਤੇ ਮੇਰਾ ਘੋੜਾ ਅੱਗੇ ਹੋ ਗਿਆ ਇਹਨਾਂ ਦਾ ਮੇਰੇ ਤੋਂ ਪਿੱਛੇ ਹੋ ਗਿਆ ਅਤੇ ਮੈਂ ਜਿਸ ਟਾਈਮ ਦੇਖਿਆ ਉਹਨਾਂ ਨੂੰ ਵੀ ਆ ਖੜ੍ਹੇ ਆ ਮੈਂ ਘੁਮਾਇਆ ਘੋੜਾ ਹੈਂ ਇੱਕ ਨੇ ਜਿੱਧਰ ਜ਼ਿਆਦਾ ਬੰਦੇ ਖੜ੍ਹੇ ਸੀਗੇ 5 ਜਣੇ ਖੜ੍ਹੇ ਸੀਗੇ ਮੈਂ ਉੱਧਰ ਨੂੰ ਘੋੜਾ ਘੁਮਾਤਾ ਐਂ ਮੈਂ ਕਿਹਾ ਬਈ ਆ ਤਾਂ ਮੈਂ ਮਾਰ ਦੂੰਗਾ ਤੁਹਾਨੂੰ ਜਾਂ ਆਪ ਮਰ ਜੂੰਗਾ ਇੱਕ ਕੰਮ ਆ ਫਿਰ ਆਖਰ 'ਚ ਆਇਆ ਪਤਾ ਆਹੀ ਕੰਮ ਕਰਦਾ ਬੰਦਾ ਹੈ ਨਾ ਆਪਾਂ ਘੋੜਾ ਘੁਮਾਇਆ ਉਹਨਾਂ ਨੇ ਇੱਟਾਂ ਚਲਾਤੀਆਂ ਸਾਡੇ ਪਰ ਬਸ ਅਸੀਂ ਗੱਡੀਆਂ ਭਜਾ ਲਈਆਂ ਉੱਥੇ ਆਉਣੀ ਜਾਨ ਬਚਾ ਕੇ ਭੱਜਿਆ ਬਾਈ ਯਾਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ ਠੀਕ ਆ ਲਾਈਕ ਲੂਇਕ ਕੁਛ ਨਹੀਂ ਕਰਨਾ ਇਸ ਵੀਡੀਓ ਨੂੰ ਨਾ ਕਮੈਂਟ ਕਰਨਾ ਕੋਈ ਬਸ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚ ਸਕੇ ਬਾਈ ਅਤੇ ਉਹਨਾਂ ਨੂੰ ਸਜ਼ਾ ਮਿਲ ਸਕੇ ਬੰਦੇ ਅਸੀਂ ਪਛਾਣ ਸਕਦੇ ਹਾਂ ਜੇ ਕੋਈ ਉਹ ਕਹੇ ਨਾ ਵੀ ਹਾਂ ਵੀ ਤੁਸੀਂ ਬੰਦੇ ਪਛਾਣ ਲਓਗੇ ਬੰਦੇ ਅਸੀਂ ਸਾਰੇ ਪਛਾਣ ਲਾਂਗੇ ਪ੍ਰਿੰਸ ਬੰਦੇ ਪਛਾਣ ਲੂੰਗਾ ਨਾ ਬਾਈ ਸਾਰੇ ਅਸੀਂ ਸਾਰੇ ਦੇ ਸਾਰੇ ਬੰਦੇ ਪਛਾਣ ਲਾਂਗੇ ਹਰ ਪਾਸੇ ਲੁੱਟਾ ਗੱਡੀ ਵਾਲੇ ਵਾਸਤੇ ਠੀਕ ਆ ਨਾ ਕੋਈ ਸ਼ਰਮ ਕਰੋ ਮਾੜੀ ਮੋਟੀ
दिलासे दने भी है तरक्कियां भैन चो दियां तरक्कियां थोड़ियां डुब के मर जाओ तुसी भुख मरी सली छाई भी आ है जेड़ा बंदा देखदा सला गड्डी वाले नूं लुट्टण बह जांदा भी पता नहीं किन्ने क पैसे बनदे आ जेड़ा बंदा देखदा उही गड्डी वाले नूं गड्डी वाला तां ना दिने चल सके ना रात नूं चल सके दिने पुलिस वाले नहीं चलण दिंदे रात नूं आ चोर चक्के नहीं चलण दिंदे।